ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਲੋਹੀਆਂ ਖਾਸ ਦੇ ਵੱਖ-ਵੱਖ ਪਿੰਡਾਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਧੂਣੇ ਲਾ ਕੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਪਿੰਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਜੀ ਐਸ ਅਟਵਾਲ ਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂ ਅਰੋੜਾ ਤੇ ਨੀਲਮ ਜਲਾਲਪੁਰ ਕਲਾਂ, ਹਰਪਾਲ ਸਿੰਘ ਸਰਦਾਰ ਵਾਲਾ, ਕਿਸਾਨ ਆਗੂ ਦਲਬੀਰ ਸਿੰਘ ਨੇ ਲੋਹੀਆਂ ਖਾਸ ਜਲਾਲਪੁਰ ਕਲਾਂ, ਸਰਦਾਰ ਵਾਲਾ, ਕੰਗ ਕਲਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਅੜੀਅਲ ਰਵੱਈਏ ਨੂੰ ਤੋੜਨ ਲਈ ਲੋਹੀਆਂ ਇਲਾਕੇ ਦੇ ਪਿੰਡਾਂ ਵਿੱਚੋਂ 23 ਤਰੀਕ ਨੂੰ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਆਦਿ ਲੋਕ ਜਾਣਗੇ। ਇਸ ਮੌਕੇ ਜੋਤੀ ਪ੍ਰਧਾਨ, ਚਰਨਜੀਤ ਕੌਰ, ਸਰਬਜੀਤ ਕੌਰ ਹਾਜ਼ਰ ਸਨ। ਆਪਣੇ ਕਾਂਕਰਾਂ ਦੀ ਪਾਰਕ 'ਚ ਅੱਜ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋਏ ਹਾਂ। ਅਸੀਂ ਅੱਗੇ ਵੀ ਮੋਦੀ ਦੇ ਇਸ ਪਾਰਕ 'ਚ ਪੁਤਲੇ ਦੋ ਤਿੰਨ ਫੂ ਕੱਟੇ ਹਾਂ ਅਤੇ ਅੱਜ ਅਸੀਂ ਲੋਹੜੀ ਮਨਾਉਣ ਦੀ ਬਜਾਏ ਅੱਜ ਕਾਲੇ ਕਾਨੂੰਨ ਜਿਹੜੇ ਆ ਪਿੰਡ ਕਾਂਕਰਾਂ ਦੀ ਪਾਰਕ ਵਿੱਚ ਸਾੜ ਕੇ ਹਟੇ ਹਾਂ, ਮੋਦੀ ਦਾ ਪਿੰਡ ਸਿਆਪਾ ਕਰਕੇ ਹਟੇ ਹਾਂ। ਅਸੀਂ ਮੋਦੀ ਨੂੰ ਵਾਰ ਵਾਰ ਇਹੀ ਕਹਿੰਦੇ ਹਾਂ ਵੀ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰਦੇ ਨੇ, ਆਉਣ ਵਾਲਾ ਸਮਾਂ ਤੇਰੇ ਵਾਸਤੇ ਬੜਾ ਘਾਤ ਪਊਗਾ। ਇਸ ਕਰਕੇ ਅਸੀਂ ਜਿੰਨਾ ਵੀ ਵਿਰੋਧ ਹੋ ਸਕਿਆ, ਅਸੀਂ 23 ਤਰੀਕ ਨੂੰ ਵੱਧ ਤੋਂ ਵੱਧ ਲੋਕ ਸਾਡੇ ਦਿੱਲੀ ਜਾ ਰਹੇ, ਟਰੈਕਟਰ ਟਰਾਲੀਆਂ ਲੈ ਕੇ, ਗੱਡੀਆਂ ਲੈ ਕੇ ਅਸੀਂ ਜਾ ਕੇ ਦਿੱਲੀ ਵੱਧ ਤੋਂ ਵੱਧ ਜਿੰਨਾ ਵੀ ਵਿਰੋਧ ਹੋਇਆ ਕਰਾਂਗੇ ਅਤੇ ਅਸੀਂ ਪਾਰਲੀਮੈਂਟ 'ਚ ਜਾ ਕੇ ਆਪਣਾ ਕਿਸਾਨਾਂ ਦਾ ਝੰਡਾ ਜ਼ਰੂਰ ਚੜ੍ਹਾਵਾਂਗੇ। ਅਤੇ ਨੌਜਵਾਨ ਭਾਰਤ ਸਭਾ ਵੱਲੋਂ ਜਿਹੜੀ ਦਿੱਲੀ ਦੀ ਕੌਲ ਸੀਗੀ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਲੋਹੜੀ ਵਾਲੇ ਦਿਨ ਜਿਹੜਾ ਕਾਲੇ ਕਾਨੂੰਨ ਜਿਹੜੇ ਮੋਦੀ ਸਰਕਾਰ ਨੇ ਬਣਾਏ ਉਹਦੀਆਂ ਜਿਹੜੀਆਂ ਕਾਪੀਆਂ ਸਾੜ ਕੇ ਜਿਹੜਾ ਵਿਰੋਧ ਕੀਤਾ ਜਾਊਗਾ ਉਹਦੀ ਅੱਜ ਕੜੀ ਵਜੋਂ ਜਲਾਲਪੁਰ ਕਲਾਂ, ਸਰਦਾਰ ਵਾਲਾ, ਕੰਗ ਕਲਾਂ ਅਤੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਲੋਹੀਆਂ ਦੇ ਵਿੱਚ ਜਿਹੜਾ ਭਰਮੀ ਗਿਣਤੀ ਦੇ ਵਿੱਚ ਜਿਹੜਾ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਜਿਹੜਾ ਅੱਜ ਇਹਦਾ ਡਟ ਕੇ ਵਿਰੋਧ ਕੀਤਾ ਜਿਹੜਾ ਅਤੇ ਉਹਦੇ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਕਾਨੂੰਨ ਆ ਇਹ ਫੌਰੀ ਜਿਹੜੇ ਰੱਦ ਹੋਣੇ ਚਾਹੀਦੇ ਆ। ਜੇ ਰੱਦ ਨਹੀਂ ਹੁੰਦੇ ਤਾਂ ਅੱਗੇ ਮੋਦੀ ਸਰਕਾਰ ਨੇ ਬਹੁਤ ਜਿਹੜੇ ਆਪਦੇ ਹੱਥ ਕੰਡੇ ਵਰਤ ਕੇ ਦੇਖ ਲਏ, ਪਰ ਉਹਦਾ ਹੁਣ ਵੀ ਜਿਹੜਾ ਲੋਕ ਆ ਕਿਉਂਕਿ ਲੋਕ ਜਿਹੜਾ ਵਾ ਇਸ ਚੀਜ਼ ਨੂੰ ਸਮਝ ਚੁੱਕੇ ਆ ਅਤੇ ਇਸ ਲਈ ਲੋਕ ਹੁਣ ਵੀ ਜਿਹੜਾ ਇਹਨੂੰ ਬਰਦਾਸ਼ਤ ਨਹੀਂ ਕਰਨਗੇ, ਇਹਦਾ ਮੂੰਹ ਤੋੜਨਾ ਜਵਾਬ ਦੇਣਗੇ। ਜਿਹੜਾ ਹਜੇ ਉਹਨਾਂ ਨੂੰ ਥੋੜ੍ਹਾ ਬਹੁਤਾ ਭੁਲੇਖਾ ਹੈਗਾ ਉਹ ਜਿਹੜਾ ਲੋਕ ਕੱਢਣ ਨੂੰ ਤਿਆਰ ਆ। 26 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਲੋਕ ਆ ਅੱਗੇ ਕਿਸਾਨ ਗਏ ਸੀ, ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਤਾਂ ਜਾਣਗੇ ਜਾਣਗੇ, ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਜਿਹੜਾ ਮਜ਼ਦੂਰਾਂ ਦਾ ਵੀ ਜਿਹੜਾ ਕਾਫਲਾ ਪੰਜਾਬ ਦੇ ਵਿੱਚੋਂ 23 ਤਰੀਕ ਨੂੰ ਇੱਕ ਵੱਡਾ ਤੁਰ ਰਿਹਾ, ਉਹਦੀ ਵੀ ਅਸੀਂ ਜਿਹੜਾ ਮੰਗ ਕਰਦੇ ਹਾਂ ਅੱਗੇ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚੋਂ ਜਿਹੜਾ ਉਹ ਇਕੱਠ ਕਰਕੇ ਆਪਣੇ ਆਪਣੇ ਸਾਧਨ ਲੈ ਕੇ ਹਰ ਵਰਗ ਨੂੰ, ਮਜ਼ਦੂਰ ਨੂੰ, ਦੁਕਾਨਦਾਰ ਨੂੰ, ਮੁਲਾਜ਼ਮ ਨੂੰ, ਹਰ ਵਰਗ ਨੂੰ ਜਾਣਾ ਚਾਹੀਦਾ ਕਿਉਂਕਿ ਇਹ ਲੜਾਈ ਜਿਹੜੀ ਇਹ ਇਕੱਲੇ ਕਿਸਾਨਾਂ ਦੀ ਨਹੀਂ ਗੀ, ਇਹ ਹਰ ਆਦਮੀ ਦੀ ਜਿਹੜੀ ਲੜਾਈ ਆ, ਜਿਹੜੇ ਲੋਕ ਰੋਟੀ ਖਾਂਦੇ ਆ ਉਹਨਾਂ ਲੋਕਾਂ ਦੀ ਲੜਾਈ ਆ। ਧੰਨਵਾਦ, ਮਿਹਰਬਾਨੀ।